ਇੱਥੇ ਪਾਣੀ ਪੀਂਦੇ ਬੈਠੇ ਸੀਗੇ, ਠੀਕ ਹੈ, ਕੁੰਡੀ ਦੇ ਉੱਪਰ ਇੱਦਾਂ ਆਹ ਸਿਚੁਏਸ਼ਨ ਕਰਕੇ। ਜਿਹੜੀ ਇਹਦੇ ਰੈਗਨਾਰ ਦੇ ਕੇਜ ਦੀ ਸੀਗੀ ਆਪਣਾ ਜਿਹੜੀ ਹੈਗੀ ਉਹ ਤਰਪਾਲ ਜਿਹੜੀ ਉੱਪਰ ਲਾਈ ਦੀ ਸੀਗੀ ਉਹ ਬਾਹਰ ਬਜਰੀ ਸੱਟੀ ਹੋਈ ਸੀ ਸਾਡੇ ਕੋਲ ਤਫੀਕ ਕਸ਼ਮਕਸ਼ ਦੇ ਵਿੱਚ, ਵੀਡੀਓ ਨਹੀਂ ਬਣਾ ਹੁੰਦੀ, ਵੀਡੀਓ ਲਾ ਨਹੀਂ ਹੁੰਦੀ ਹੈਗੀ। ਲਓ ਜੀ ਵੀਰੋ, ਮੈਂ ਤਾਂ ਕਹਿੰਦਾ ਇੱਥੇ ਖੁੱਡੇ ਬਣਾ ਲਈਏ ਆਰਾਮ ਸਕੂਨ ਦੇ ਨਾਲ, ਠੀਕ ਹੈ, ਇੱਧਰੋਂ ਹਟਾ ਦਈਏ ਸਾਰੇ, ਘੋੜੀ ਦੀ ਜਗ੍ਹਾ ਇੱਥੇ ਬਣਾ ਲਈਏ, ਇਹ ਖੁੱਡੇ ਛੁੱਡੇ ਸਾਰੇ ਤੋਂ ਖਤਮ ਕਰਕੇ ਵਾਸ਼ਰੂਮ ਵਗੈਰਾ ਜਿਹੜਾ ਬਣਿਆ ਸਾਰਾ ਢਾ ਕੇ ਬਰਾਬਰ ਕਰਕੇ ਉੱਪਰ ਤਰਪਾਲ ਸ਼ਾਲ ਲਾ ਕੇ ਘੋੜੀ ਜਗ੍ਹਾ ਇੱਥੇ ਬਣਾ ਲਈਏ ਅਤੇ ਮੁਰਗਿਆਂ ਦੇ ਖੁੱਡੇ ਇੱਧਰ ਬਣਾ ਲਈਏ ਅਤੇ ਮੁਰਗਿਆਂ ਦਾ ਸ਼ੌਕ ਹੀ ਕਰ ਲਈਏ ਕਿਉਂਕਿ ਇਹੀ ਆਪਾਂ ਨੂੰ ਠੀਕ ਆ, ਇਹਦੇ ਵਿੱਚ ਜ਼ਿਆਦਾ ਮਜ਼ਾ ਵੀ ਆ, ਟੈਨਸ਼ਨ ਨਹੀਂ ਹੈਗੀ। ਹਾਂਜੀ, ਅਸਲਾਮ ਅਲੈਕਮ, ਕੀ ਹਾਲ ਸਾਰੇ ਵੀਰਾਂ ਦਾ ਜਨਾਬ, ਵੀਡੀਓ ਇੱਥੇ ਕੀ ਬਣਾਉਣੀ ਦੱਸੋ, ਬੰਦਾ ਪੰਜਾਬੀ 'ਚ ਬੰਦਾ ਕਹੋ ਵੀਡੀਓ ਬਣਾਉਣੀ ਬਾਬਾ ਠੁੱਲੂ, ਇਹਦੇ ਟੈਨਸ਼ਨਾਂ ਨਹੀਂ ਮੁੱਕਦੀਆਂ, ਇੱਕ ਦੂਸਰੀ ਤੀਸਰੀ ਦੋ ਬੱਚੇ ਐਕਸਪਾਇਰ ਹੋ ਗਏ, ਸਾਰਿਆਂ ਨੂੰ ਐਂਟੀਬਾਇਓਟਿਕ ਸੀਰਪ ਵੀ ਦਿੱਤੇ ਆ, ਉਹ ਵੀ ਦਿੱਤਾ ਨਾਲ ਉਲਟੀਆਂ ਵਾਸਤੇ ਵੀ, ਮੋਸ਼ਨ ਵਾਸਤੇ ਵੀ, ਬੜਾ ਫਿਰ ਵੀ ਸਾਰੇ ਜਿਹੜੇ ਪਪਸ ਨੇ ਸਾਰੇ ਉਹ ਇਫੈਕਟਿਵ ਹੋ ਗਏ ਵਾਇਰਸ ਦੇ ਨਾਲ, ਠੀਕ ਹੈ, ਅਤੇ ਦਿਲ ਜਿਹਾ ਹੀ ਟੁੱਟਿਆ ਪਿਆ, ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਵੇਖ ਲਓ ਸਾਰੇ ਮਾਮਲਾ ਹੁੰਦੇ ਨੇ। ਤਾਂ ਅੱਗੇ ਮੈਂ ਸਾਰੀ ਸਫਾਈ ਕਰਕੇ ਇਕੱਠੀ ਕਰਕੇ ਤਾਂ ਇੱਥੇ ਬਾਹਰ ਗਿਆ ਵਾਂ, ਮੁੰਡਿਆਂ ਨਾਲ ਗੱਪਾਂ ਸ਼ੱਪਾਂ ਮਾਰ ਰਿਹਾ ਸੀਗਾ, 5 ਮਿੰਟ ਕੋਲ ਬਾਹਰ ਖੜਾ, ਜਿੰਨਾ ਵਾਪਸ ਆਇਆ ਤਾਂ ਮੁਰਗੀਆਂ ਨੇ ਵੇਖੋ ਸਾਰਾ ਫੇਰ ਬੇੜਾ ਗਰਕ ਕਰ ਦਿੱਤਾ। ਚਲੋ ਪੈਰੇ ਤਾਂ ਨਵੇੜਦੇ ਹਾਂ, ਬੜਾ ਲਾਓ ਅੰਦਰ ਚੱਲਦੇ ਹਾਂ, ਤੁਹਾਨੂੰ ਪਹਿਲੇ ਬੱਚਿਆਂ ਦੀ ਸੋਚਿਆ ਲਓ ਖਾਵਾਂ। ਆਰਦੀ ਤੌਰ ਫਰਸ਼ੀ ਪੱਖਾ ਰੱਖ ਕੇ ਲਾਇਆ ਤਾਂ ਕਿ ਅੰਦਰ ਹਵਾ ਘੁੰਮਦੀ ਰਹੇ, ਸਰਕੂਲੇਟ ਹੁੰਦੀ ਰਹੇ, ਅੰਦਰ ਹਬਸ ਨਾ ਹੋਵੇ, ਠੀਕ ਹੈ ਜੀ। ਇਹਨੇ 4 ਬੱਚੇ ਆਹ ਬੈਠੇ ਹੋਏ ਆ ਅਤੇ 5ਵਾਂ ਪਤਾ ਨਹੀਂ ਕਿੱਧਰ ਚਲਾ ਗਿਆ ਜੀ, ਜਿਹਨਾਂ ਵਿੱਚੋਂ ਕੁਛ ਉਹ ਦੂਸਰੇ ਪਰਲੇ ਬਿਹਤਰ ਲੱਗ ਰਹੇ ਆ, ਠੀਕ ਹੈ, ਇਹਨਾਂ ਨੂੰ ਮੈਂ ਅੰਡੇ ਵੀ ਦਿੱਤੇ ਤੋੜ ਕੇ, ਕਿਸੇ ਨੇ ਕਹਿੰਦੇ ਖਰਾਬ ਅੰਡੇ ਇਹਨਾਂ ਨੂੰ ਤੋੜ ਕੇ ਦਿਓ ਅਤੇ ਉਹਦੇ ਨਾਲ ਵੀ ਬਿਹਤਰ ਹੋ ਜਾਂਦੇ ਆ, ਉਹ ਵੀ ਦੇ ਗਏ ਤਜਰਬਾ ਕੀਤਾ, ਅਤੇ ਇੱਕ ਬੱਚਾ ਉਹ ਥੱਲੇ ਲੰਮਾ ਪਿਆ ਜੀ, ਠੀਕ ਹੈ, ਉਹ ਮੇਲ ਥੱਲੇ ਲੰਮਾ ਪਿਆ ਵਾ, ਇਹਨਾਂ ਨੂੰ ਮੈਂ ਲੱਗਾ ਬਾਹਰ ਕੱਢਣ, ਬਰਲ ਹਵਾ ਤਾਂ ਇੱਥੇ ਵੀ ਲੱਗ ਰਹੀ, ਮੈਂ ਬਹਿ ਕੇ ਵੇਖਿਆ ਬਿਲਕੁਲ ਸਿੱਧੀ ਪੱਖੇ ਦੀ ਹਵਾ ਆ ਰਹੀ ਹੈ, ਤਾਂ ਇੱਥੇ ਆਰਾਮ ਸਕੂਨ ਦੇ ਨਾਲ ਬੈਠੇ ਹੋਏ ਆ ਸਾਰੇ ਬੱਚੇ ਜਿਹੜੇ ਆ ਨਾ, ਸਾਰਿਆਂ ਨੇ ਤੁਹਾਨੂੰ ਪਤਾ ਵੀਰੋ ਵਾਇਰਸ ਲੱਗ ਗਿਆ ਜੀ। ਮੋਟੋ ਇੱਥੇ ਬੰਨੀ ਸੀਗੀ ਅਤੇ ਕਿਉਂਕਿ ਇੱਥੇ ਸਿੱਧੀ ਹਵਾ ਆਉਂਦੀ ਆ ਅਤੇ ਇਹਦੀ ਜਗ੍ਹਾ ਆਹ ਬਣਾਈ ਹੋਈ ਆ, ਅੱਲਾ ਖੈਰ ਕਰੇ, ਹੁਣ ਤੇਰੇ ਅੱਲਾ ਕਰੇ ਖੈਰ ਇਸਲਾਮ ਦੀ ਸਾਰੇ ਬੱਝ ਜਾਣ ਅਤੇ ਖੈਰ ਇਸਲਾਮ ਦੀ ਤੂੰ ਬੱਚੇ ਦੇ ਲਵੇਂ। ਵੈਸੇ ਤਾਂ ਇਹਦੇ ਦੋਸਤੋ ਅੱਜ ਦਿਨ ਪੂਰੇ ਹੋ ਗਏ, ਠੀਕ ਹੈ, ਅੱਜ ਇਹਨੇ ਟੋਟਲ ਪੂਰੇ 60 ਦਿਨ ਹੋ ਗਏ, ਅੱਜ 22 ਤਰੀਕ ਹੈ ਅਤੇ 22 ਤਰੀਕ ਦਾ ਵਲੋਗ ਹੀ ਅੱਜ ਹੀ ਲਾਉਣਾ ਮੈਂ, ਅਤੇ 22 ਤਰੀਕ ਨੂੰ ਇਹਦੇ ਪੂਰੇ ਦਿਨ ਹੋ ਗਏ ਸਾਰੇ, ਅਤੇ ਅੱਜ 60 ਦਿਨ ਪਹਿਲੀ ਨੋਟ ਦੇ ਹਿਸਾਬ ਨਾਲ, ਅਤੇ 24 ਨੂੰ ਕਰਾਈ ਸੀ, 24 ਦੇ ਹਿਸਾਬ ਨਾਲ 60 ਦਿਨ ਹੋ ਗਏ ਆ, ਅਤੇ ਕੱਲ੍ਹ ਵੀ ਫਿਰ ਦੂਸਰਾ ਤੀਸਰਾ ਦਿਨ ਦੇਖੋ ਕਿਸ ਦਿਨ ਬੱਚੇ ਦਿੰਦੀ ਹੈ, ਬੜਾ ਲੈ ਕੇ ਸਾਰੀ ਰਾਤ ਕੱਲ੍ਹ ਵੀ ਜਾ ਕੇ ਗੁਜ਼ਾਰੀ ਹੈ, ਦਿਨੇ ਥੋੜ੍ਹਾ ਆਰਾਮ ਕੀਤਾ ਅਤੇ ਅੱਜ ਵੀ ਫਿਰ ਹਿਸਾਬ ਲਾ ਲਓ ਕਿ ਰਾਤ ਫਿਰ ਜਾਗਣਾ ਪੈਣਾ, ਇਹਨੂੰ ਵੀ ਦੇਖਣਾ ਪੈਣਾ, ਬੰਨਾਂਗਾ ਬਾਹਰ ਹੀ ਉੱਥੇ ਆਪਣੇ ਕੋਲ, ਬੜਾ ਫਿਰ ਵੀ ਰਾਤ ਇਹਨੂੰ ਦੇਖਦਾ ਰਹਿਣਾ, ਬੱਚਿਆਂ ਨੂੰ ਦੇਖਦਾ ਰਹਿਣਾ ਯਾਰ, ਕੋਈ ਚੀਜ਼ ਉਹਨਾਂ ਨੂੰ ਪਾਣੀ ਰੱਖਣਾ, ਕੋਈ ਦਵਾਈ ਦੇਣੀ, ਸਾਰੇ ਮਾਮਲਾ ਕੁਝ ਠੀਕ ਆ, ਦੁੱਧ ਪੀ ਰਹੇ ਆ, ਹਾਲੇ ਤੱਕ ਤਾਂ ਕੋਈ ਸ਼ਾਇਦ ਖਾ ਪੀ ਨਹੀਂ ਰਹੇ, ਬਸ ਮਾਂ ਦੇ ਲਾਣ ਲਾ ਕੇ ਆਰਾਮ ਨਾਲ ਬੈਠੇ ਹੋਏ, ਇੰਨੀ ਕੁ ਪਰੇਸ਼ਾਨੀ ਬਣੀ ਹੋਈ ਹੈ ਨਾ, ਮੈਨੂੰ ਇਹ ਲਾਲਚ, ਅੱਲਾ ਜਾਣਦਾ ਕੋਈ ਨਹੀਂ ਹੈਗਾ ਕਿ ਮੈਂ ਇਹਨਾਂ ਦੇ ਬੱਚੇ ਸੇਲ ਕਰਾਂਗਾ ਜੇ ਉਹ, ਪਰ ਮੈਨੂੰ ਇਹ ਲਾਲਚ ਬੜਾ ਕਿ ਮੈਂ ਇੰਨੇ ਸ਼ੌਕ ਨਾਲ ਇੰਨੀ ਮਿਹਨਤ ਨਾਲ ਸੰਭਾਲ ਕੇ ਜਾਨਵਰ ਤੱਕ ਲੈ ਕੇ ਆਇਆ, ਐਡਾ ਵੱਡਾ ਫਿਰ ਸਾਡੇ ਨਾਲ ਹਾਸਾ ਹੋ ਗਿਆ ਵਾ, ਹੋਣਾ ਕੀ ਹੈ, ਅਤੇ ਬੜਾ ਦਿਲ ਡਰਦਾ ਜੇ, ਅੱਲਾ ਕਰੇ ਕੁਛ ਦੋ ਤਿੰਨ ਹੀ ਬਲ ਜਾਣ, ਉਹੀ ਹੋ ਜਾਣ, ਬੜਾ ਸ਼ੌਕ ਪੂਰਾ ਆ ਜਾਏਗਾ, ਅਤੇ ਇਸ ਕਰਕੇ ਮੇਰਾ ਇਰਾਦਾ ਸੀ ਕਿ ਦੋ ਬੱਚੇ ਰੱਖਾਂਗਾ, ਕੀ ਪਤਾ ਕਿਹੜਾ ਪਰਵਰਿਸ਼ ਪਾਉਂਦਾ ਕਿਹੜਾ ਨਹੀਂ ਪਾਉਂਦਾ ਹੈਗਾ, ਅਤੇ ਬਾਕੀ ਕਬੂਤਰਾਂ ਦਾ ਸਿਸਟਮ ਵੀ ਇੱਥੋਂ ਸਾਰਾ ਮੁਕਾ ਦੇਣਾ ਹੈਗਾ ਵਾ, ਜਦੋਂ ਉੱਥੇ ਬਾਹਰ ਖੁੱਡੇ ਬਣਾਉਣੇ ਹੈਗੇ ਕੱਢਦੇ ਨੇ ਸਾਰੇ ਬਾਹਰ, ਉਸ ਤੱਕ ਮੈਂ ਟੋਕਰੀਆਂ ਛੋਕਰੀਆਂ ਨੇ ਲਾ ਦੇਣੀਆਂ, ਕੱਲ੍ਹ ਇਹ ਵੀ ਸਾਰੀਆਂ, ਅੱਜ ਗਰਮੀ ਬੜੀ ਸੀਗੀ ਜਿੱਦਾਂ ਸੋਟੀਆਂ ਲੱਗੀਆਂ ਉਹੀ ਲਾਉਣੀਆਂ ਨੇ, ਤਾਂ ਕਿ ਕੋਈ ਵੀ ਹੁਣ ਅੰਡਾ ਨਾ ਦੇਵੇ ਅਤੇ ਅੰਡਾ ਨਾ ਦੇਗਾ, ਜ਼ਾਹਰੀ ਗੱਲ ਹੈ ਬੱਚੇ ਨਾ ਦੇਣਗੇ, ਬੱਚੇ ਨਾ ਦੇਣਗੇ ਤਾਂ ਮੱਛਰ ਨਿਕਲ ਕੇ ਖਰਾਬ ਨਾ ਹੋਏਗਾ, ਬਿਮਾਰ ਨਾ ਹੋਣਗੇ, ਇਸ ਕਰਕੇ ਉਹ ਵੀ ਸਾਰੇ ਖਤਮ ਕਰ ਦੇਣੇ ਉੱਥੇ ਬਿਲਕੁਲ, ਜਿਹੜਾ ਨਾ ਕਬੂਤਰ ਬਾਹਰ ਕੱਢਾਂਗੇ ਕੱਟ ਕੇ, ਉੱਥੇ ਇਹਨਾਂ ਨੇ ਬੱਚੇ ਲੈ ਕੇ ਉੱਥੇ ਇਹਨਾਂ ਨਾਲ ਸ਼ੌਕ ਸ਼ੂ ਕਰਾਂਗੇ, ਅੰਦਰੋਂ ਸਾਰਾ ਇਹਨਾਂ ਦਾ ਖਿਲਾਰਾ ਮੁਕਾ ਦੇਣਾ ਹੈਗਾ। ਅੱਜ ਕਾਲੇ ਦਾ ਵੀ ਸੌਦਾ ਹੋ ਗਿਆ, ਠੀਕ ਕਹਿੰਦੇ ਵੀ ਪੈਸੇ ਆ ਗਏ ਆ, ਅਤੇ ਇਹਨੂੰ ਵੀ ਮੈਂ ਅੱਜ ਕਾਰਗੋ ਕਰਵਾ ਦੇਣਾ ਹੈਗਾ, ਉਹ ਬਸ 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 ਬਸ
ਕੋਸ਼ਿਸ਼ ਮੇਰੀ ਇਹੀ ਹੋਈ ਹੋਣੀ ਕਿ ਮੈਂ ਟਾਈਮੋ ਟਾਈਮ ਹੀ ਰਖਵਾਵਾਂ, ਮਤਲਬ ਕਿ ਇਹ ਦਬਾ ਦਬ ਕੰਮ ਨਿਬੇੜ ਕੇ, ਕੰਮ ਤਾਂ ਨਿਬੜਿਆ ਛਿਬੜਿਆ ਗਾ, ਤਰਪਾਲ ਤਰਪੂਲ ਲਾ ਦਿੱਤੀ ਹੈ, ਪਾਣੀ ਦਾ ਨਹਾਣ ਕੇ ਮਾਰ ਲਵਾਂਗਾ, ਅਤੇ ਮੇਰੀ ਸਲਾਹ ਵਾ ਕਿ ਮੈਂ ਕਿਸੇ ਨੂੰ ਨਾਲ ਲਵਾਂ, ਤੁਹਾਨੂੰ ਜਾ ਕੇ ਟਾਈਮੋ ਟਾਈਮ ਰਖਵਾਉਣਾ, ਕੁਛ ਭੇਜਣਾ ਵਾ ਇਹਨੂੰ ਗੁਜਰਾਂ ਵਾਲੇ, ਅਤੇ ਗੁਜਰਾਂ ਵਾਲੇ ਭੇਜਣਾ, ਤਾਂ ਇੱਥੋਂ ਮੈਂ ਆਇਆ ਸ਼ੇਖੂਪੁਰ ਰੋਡ 'ਤੇ, ਮੇਰੀ ਰਿਹਾਇਸ਼ ਆ, ਕੁਛ ਦੋਸਤਾਂ ਨੂੰ ਪਤਾ ਨਾ, ਕੁਛ ਨਹੀਂ ਪਤਾ ਨਾ, ਤਕਰੀਬਨ 3 ਕਿਲੋਮੀਟਰ ਮੇਰੇ ਤੋਂ ਮੇਨ ਰੋਡ ਆ, ਅਤੇ ਮੈਂ ਦਵਾ ਦਿਨ ਰਖਾਇਆ ਵਾਂ, ਇਹ ਤਾਂ ਚਲੋ ਟੈਨਸ਼ਨ ਖਤਮ ਹੋਏ, ਜਿਸ ਚੀਜ਼ ਦੇ ਪੈਸੇ ਆ ਜਾਣ ਅਗਲੇ ਦੇ ਟਾਈਮ ਨਾਲ ਹਵਾਲੇ ਕਰੋ, ਇਹ ਅਮਾਨਤ ਹੁੰਦੀ ਹੈ, ਠੀਕ ਹੈ, ਇਹਦੇ ਪੈਸੇ ਆ ਗਏ ਆ, ਇਹਨੂੰ ਕਾਰਗੋ ਕਰਵਾ ਦਈਏ ਤਾਂ ਕਿ ਰਸ਼ ਘਟੇਗਾ, ਦੂਸਰੀ ਗੱਲ ਇਹ ਕੱਲ੍ਹ ਸ਼ਹਿਰ ਚੱਕਰ ਲਾਵਾਂਗਾ, ਅਤੇ ਮੇਰਾ ਦਿਲ ਆ ਕਿ ਉੱਚੀ ਕਰਕੇ ਵੱਡੀ ਮੋਟੀ ਤਰਪਾਲ ਲਿਆ ਕੇ ਲਾ ਦਈਏ, ਮੈਂ ਇਹਦੇ ਨੀਚੇ ਵੀ ਖਲੋ ਕੇ ਦੇਖਿਆ ਕਿ ਸੇਕ ਆਉਂਦਾ ਨੀਚੇ ਫਰਸ਼ 'ਤੇ ਨਾ, ਹੀਟ ਆਉਂਦੀ ਹੈ, ਅਤੇ ਮੇਰਾ ਦਿਲ ਆ ਕਿ ਉਹ ਜਿੱਦਾਂ ਉਹ ਛੱਤ ਵਾ ਨਾ, ਇੱਧਰ ਕੋ ਲੋਹੇ ਦੇ ਰਾਡ ਜੇ ਲਗਵਾ ਕੇ ਨਾ ਤਰਪਾਲ ਲਾਈਏ ਥੋੜ੍ਹੀ ਉੱਚੀ ਕਰਕੇ, ਤਾਂ ਕਿ ਹਵਾ ਵੀ ਕ੍ਰਾਸ ਹੋਵੇ ਔਰ ਉਹਦੀ ਛਾਂ ਥੱਲੇ ਠੰਡੀ ਹੋਵੇ, ਇਹਨਾਂ ਥੱਲੇ ਫਰਸ਼ ਨੂੰ ਸੇਕ ਨਾ ਲੱਗੇ, ਇਸ ਚੀਜ਼ ਦੇ ਨਾਲ ਵੀ ਇਹਨਾਂ ਦੇ ਇੱਥੇ ਕੇਜਾਂ ਦੇ ਸਾਰੇ ਸੇਕ ਆਉਂਦਾ ਥੱਲੇ, ਜਿਹੜੀ ਇਹਦੇ ਰੈਗਨਾਰ ਦੇ ਕੇਜ ਦੀ ਸੀਗੀ, ਆਪਣਾ ਜਿਹੜੀ ਹੈਗੀ ਉਹ ਤਰਪਾਲ ਜਿਹੜੀ ਉੱਪਰ ਲਾਈ ਦੀ ਸੀਗੀ, ਉਹ ਬਾਹਰ ਬਜਰੀ ਸੱਟੀ ਹੋਈ ਸੀ, ਸਾਡੇ ਕੋਲ ਤਫੀਕ ਨਹੀਂ ਹੋਈ, ਬਜਰੀ ਵੀ ਨਹੀਂ ਚੱਕ ਹੋਈ, ਉਹ ਉੱਥੇ ਪਈ ਆ, ਅਤੇ ਤਰਪਾਲ ਵੀ ਉਹਦੇ ਥੱਲੇ ਪਈ ਹੋਈ ਆ, ਅਤੇ ਇਹਦੇ ਵਾਸਤੇ ਵੀ ਤਰਪਾਲ ਲਿਆਵਾਂਗਾ, ਅਤੇ ਇਹਦੇ ਲਈ ਵੀ ਤਰਪਾਲ ਲਿਆ ਕੇ ਉੱਪਰ ਸਾਰੇ ਤਰਪਾਲ ਪਾ ਦੇਣੀ, ਤਾਂ ਕਿ ਇਹਦੇ ਅੰਦਰ ਧੁੱਪ ਨਾ ਜਾਵੇ, ਅਤੇ ਜਿੰਨਾ ਜਿੰਨਾ ਹਾਫ ਹਾਫ ਅਗਲਾ ਹਿੱਸਾ ਵਾ ਇੱਥੇ ਵੀ ਲਟਕਾ ਦਿਆ ਕਰਨੀ, ਤਾਂ ਕਿ ਅੰਦਰ ਧੁੱਪ ਨਾ ਜਾਵੇ ਅਤੇ ਕੋਈ ਮਸਲਾ ਨਾ ਬਣੇ। ਮੈਂ ਕਿਹਾ ਸੀਗਾ ਏਅਰ ਕੂਲਰ ਪਿਆ ਵਾ, ਉਹਨੂੰ ਸੈੱਟ ਸੁੱਟ ਕਰਦੇ ਹਾਂ, ਜਦੋਂ ਦੇਖਿਆ ਤਾਂ ਉਹਦੇ ਪੱਲੇ ਕੱਖ ਨਹੀਂ ਹੈਗਾ, ਮੋਟਰ ਉਹਦੀ ਸੜ ਗਈ ਹੋਈ ਸੀਗੀ, ਅਤੇ ਮੋਟਰ ਤੋਂ ਬਾਅਦ ਮੈਂ ਕਿਹਾ ਚਲੋ ਮੋਟਰ ਨਵੀਂ ਲਵਾ ਲਾਂਗੇ, ਥੱਲੇ ਵਾਲਾ ਜਿਹੜਾ ਟੱਪ ਆ ਉਹ ਸਾਰਾ ਥੱਲੇ ਦਾ ਪੈਂਚਰ ਹੋਇਆ ਪਿਆ, ਕੱਲ੍ਹ ਮੈਂ ਪਾਣੀ ਭਰ ਕੇ ਰੱਖ ਕੇ ਵੇਖਿਆ ਉਹ ਸਾਰਾ ਲੀਕ ਕਰਦਾ ਹੈਗਾ, ਅਤੇ ਏਅਰ ਕੂਲਰ ਹੁਣ ਕੋਈ ਨਵਾਂ ਲੈਂਦੇ ਹਾਂ, ਕਿਉਂਕਿ ਰੈਗਨਾਰ ਨੂੰ ਤਾਂ ਲਾਉਣਾ ਹੀ ਪੈਣਾ ਹੈਗਾ, ਅਤੇ ਲਾਉਣਾ ਚਾਹੁੰਦਾ ਵੀ ਹਾਂ, ਲਾਉਣਾ ਪੈਣਾ ਵੀ ਹੈ, ਕਿਉਂਕਿ ਜਿੰਨੀ ਗਰਮੀ ਹੈ ਇਹਦੇ ਵਾਸਤੇ, ਸਾਡੇ ਵਾਸਤੇ ਇੰਨਾ ਮੁਸ਼ਕਲ ਹੋਇਆ ਪਿਆ ਵਾ ਕਿ 10-15 ਮਿੰਟ ਦੀ ਵੀਡੀਓ ਬਣਾਉਣਾ ਯਕੀਨ ਕਰੋ ਬੜਾ ਔਖਾ, ਇੰਨੇ ਕੰਮ ਕਰਨ ਦੇ ਬਾਵਜੂਦ ਨਾਲ, ਠੀਕ ਹੈ, ਅਤੇ ਇਹਦੇ ਵਾਸਤੇ ਏਅਰ ਕੂਲਰ ਜ਼ਰੂਰੀ ਹੈ, ਨਾਲੇ ਇੱਕ ਆਪਣੇ ਵਾਸਤੇ ਲੈ ਕੇ ਆਵਾਂਗਾ, ਕਿਉਂਕਿ ਮੇਰਾ ਮੋਸਟਲੀ ਹੁਣ 24 ਘੰਟਿਆਂ ਦੇ ਵਿੱਚੋਂ ਨਾ ਮੇਰੇ ਕੋਈ 18-18 ਘੰਟੇ ਜਿਹੜੇ ਮੇਰੇ ਇੱਥੇ ਗੁਜ਼ਰਦੇ ਆ, ਜੇ ਮੈਂ ਘਰ ਨਾ ਜਾਵਾਂ, ਜੇ ਕਿਤੇ ਜਾਣਾ ਹੋਵੇ ਤਾਂ ਲੈ ਤਾਂ ਗੱਲ ਆ, ਸੁਬਹਾ ਵੀ ਰਾਤ ਵੀ ਇੱਥੇ ਹਾਂ, ਕਿਉਂ ਗਰਮੀ ਇੰਨੀ ਪੈਂਦੀ, ਵਾਰ ਵਾਰ ਜਾਨਵਰਾਂ ਨੂੰ ਨਵਾ ਪਾਣੀ ਪਿਲਾ ਸਾਰੇ ਮਾਮਲਾ ਨਾਲ ਨਾਲ ਕਰਨੇ ਹੁੰਦੇ ਆ, ਘੁੰਮਣ ਦਾ ਇੱਕ ਮੌਜੂਦ ਹੋਵੇ, ਜਿੱਦਾਂ ਪਹਿਲੇ ਸਾਡੇ ਨਾਲ ਹਾਦਸਾ ਹੋ ਗਿਆ ਸੀਗਾ, ਮੈਂ ਕਹਿੰਦਾ ਸਾਨੂੰ ਦੁਬਾਰਾ ਇਹਦਾ ਕੋਈ ਹਾਦਸਾ ਨਾ ਹੋ ਜਾਵੇ, ਜਿੱਦਾਂ ਦੇ ਬਾਹਰ ਕੱਢਣ ਲੱਗੇ ਆ 3-4 ਚੂਜ਼ਿਆਂ ਦੇ ਐਕਸਪਾਇਰ ਹੋ ਗਏ ਆ, ਬਰਲੇ ਕਿ ਮਾਸ਼ਾਅੱਲਾ ਜਿਹੜੇ ਹੈਗੇ ਆ ਇਹਨਾਂ ਦੀ ਗਰੋਥ ਵਾਵਾ ਫਾਸਟ ਹੋ ਗਈ, ਦੇਖੋ ਨਾ ਪਰਛਰ ਆ ਗਏ ਨੇ ਜਿਸਮ ਦੇ ਉੱਪਰ ਸਾਰੇ, ਆਪਣਾ ਖੂਬਸੂਰਤ ਮਾਸ਼ਾਅੱਲਾ ਨਜ਼ਰ ਆਉਣ ਲੱਗ ਪਏ ਆ, ਦੂਸਰੀ ਮੁਰਗੀ ਪਤਾ ਨਹੀਂ ਆਪਣੇ ਚੂਜ਼ੇ ਲੈ ਕੇ ਅੰਦਰ ਚਲੇ ਗਈ, ਛੋਟੇ 8 ਉਹ ਮੈਂ ਤੁਹਾਨੂੰ ਦਿਖਾਉਣੇ ਸੀ ਵੀ ਉਹ ਬੜੀ ਛੇਤੀ ਗਰੋਥ ਕਰ ਰਿਹਾ, ਖੁੱਲ੍ਹੇ ਰਹਿੰਦੇ ਆ ਨਾ, ਤਾਂ ਉਹ ਮਾਸ਼ਾਅੱਲਾ ਦਿਨਾਂ ਦੇ ਵਿੱਚ ਗਰੋਥ ਕਰ ਰਹੇ ਆ, ਅਤੇ ਕੁਛ ਦਿਨਾਂ ਦੇ ਵਿੱਚ ਇਹਨਾਂ ਨਾਲ ਛੱਡਾਂਗੇ ਜੋ ਦੂਸਰੇ ਬੱਚੇ ਵੀ ਜਿਹੜੇ ਆ ਚਕੋਰਾਂ ਦੇ ਜੋ ਗਿੱਜ ਜਾਣਗੇ, ਅਤੇ ਫਿਰ ਕੱਲ੍ਹ ਇਹਨਾਂ ਨਾਲ ਖੁੱਲ੍ਹੇ ਛੱਡ ਕੇ ਵੇਖਾਂਗੇ ਉਹ ਵੀ ਕਿ ਖੁੱਲ੍ਹੇ ਫਿਰਦੇ ਇਹਨਾਂ ਨਾਲ ਕਿ ਨਹੀਂ, ਕਿਉਂਕਿ ਉਹ ਉੱਡ ਜਾਂਦੇ ਆ ਅਤੇ ਇਹ ਉੱਡਦੇ ਨਹੀਂ ਹੈਗੇ, ਇਸ ਕਰਕੇ ਮੈਂ ਕਿਹਾ ਬਿਹਤਰ ਇਹੀ ਹੈ ਕਿ ਆਪਣਾ ਚੈੱਕ ਕਰਾਂਗੇ ਕਿ ਪਹਿਲੇ ਨਾ ਰਲ ਕੇ, ਜਿਹਨਾਂ ਨਾਲ ਰਲ ਜਾਣਗੇ ਤਾਂ ਫਿਰ ਉਹਨਾਂ ਨੂੰ ਛੱਡਾਂਗੇ। ਮੈਂ ਵੇਖੋ ਮੈਂ ਇਹਨੂੰ ਬਾਹਰ ਲੱਭੀ ਇਹਨਾਂ ਦਾ ਟਾਈਮੋ ਟਾਈਮ ਬੱਚੇ ਆਪਣੇ ਲੈ ਕੇ ਅੰਦਰ ਬੈਠੀ ਹੈ, ਇਹ ਵੇਖੋ ਮਾਸ਼ਾਅੱਲਾ ਖੁੱਲ੍ਹੀ ਰਹਿੰਦੀ ਹੈ ਨਾ, ਇੱਕ ਦਿਨ ਇਹਨੂੰ ਬੰਦ ਨਹੀਂ ਕੀਤਾ, ਆਪਣੀ ਮਰਜ਼ੀ ਨਾਲ ਬਾਹਰ ਜਾਂਦੀ ਹੈ ਅਤੇ ਆਪਣੀ ਮਰਜ਼ੀ ਨਾਲ ਬੱਚੇ ਲੈ ਕੇ ਅੰਦਰ ਆ ਜਾਂਦੀ ਹੈ, ਆ ਵਜ੍ਹਾ ਗਰਮੀ ਦੇ ਨਾਲ ਵੇਖੋ ਬੱਚੇ ਮਾਂ ਥੱਲੇ ਨਹੀਂ ਵੜ ਕੇ ਬੈਠੇ, ਲੈਦਾ ਹੋ ਕੇ ਬੈਠੇ ਜੀ, ਤਾਂ ਨਜ਼ਰ ਆ ਰਿਹਾ ਵੀ ਸ਼ਾਇਦ ਇਹਨਾਂ ਦੇ ਪਰਛਰ ਵੀ ਨਿਕਲ ਆਏ ਹੋਏ ਕਾਫੀ ਨਾ, ਆ ਵੇਖੋ ਕਾਫੀ ਪਰ ਨਿਕਲ ਆਏ ਬੱਚਿਆਂ ਦੇ, ਦੂਸਰੀਆਂ ਮੁਰਗੀਆਂ ਨਹੀਂ ਸੀ ਬੈਠੀਆਂ, ਫਿਰ ਕਾਲੀ ਨੇ ਆਂਡੇ ਐਕਸੈਪਟ ਕਰ ਲਏ ਸੀਗੇ, ਬਸ ਲਾਸਟ ਮੁਰਗੀ ਬਿਠਾਉਣੀ ਹੈ, ਬੱਚੇ ਨਿਕਲੇ ਲਾਲਾ ਫੈਸਲਾ ਨਹੀਂ, ਗਰਮੀਆਂ ਨੂੰ ਮੁਰਗੀਆਂ ਨਹੀਂ ਬਿਠਾਉਣੀਆਂ, ਅਸੀਂ ਬੱਚੇ ਮੈਂ ਤੁਹਾਨੂੰ ਪਤਾ ਅੰਦਰ ਹੀ ਰੱਖੇ ਆ, ਮਾਸ਼ਾਅੱਲਾ ਆਪਣੇ ਰੋਟੀ ਪਾਣੀ ਫਿਨਿਸ਼ ਕਰ ਗਏ ਨੇ, ਬੜੇ ਐਕਟਿਵ ਆ, ਔਰ ਸੁਣਨੇ 'ਚ ਆਇਆ ਦੋਸਤ ਇੱਕ ਨੇ ਦੱਸਿਆ ਗਰੋਥ ਬੜੀ ਤੇਜ਼ ਕਰਦੇ ਆ, ਇਹ ਸਪਰੇ ਲੈ ਕੇ ਆਇਆ ਸੀਗਾ ਜੀ ਇਹਨਾਂ ਵਾਸਤੇ, ਠੀਕ ਹੈ ਜੀ, ਚਿਚੜਾਂ ਲਈਏ ਅਤੇ ਚਿਚੜਾਂ ਵਾਸਤੇ ਕਰਨ ਲਈਏ, ਇਹ ਵੀ ਮੈਂ ਕਰਨੀ ਆ, ਅਤੇ ਥੋੜ੍ਹੀ ਜਿਹੀ ਅਹਿਮਦ ਅੱਬੂ ਆਏ ਉਹਨਾਂ ਨੂੰ ਪਾ ਕੇ ਦੇਣ ਲੱਗਾ ਜੀ, ਮੈਂ ਤਾਂ ਇਸਤੇਮਾਲ ਕਰਦਾ ਹੁਣ ਡੋਗ ਦੇ ਉੱਪਰ ਕਰਨ ਵਾਸਤੇ ਟਰੀਗਰ, ਠੀਕ ਹੈ, ਜਿਹੜੇ ਉੱਤੇ ਚਿਚੜ ਹੋਣਗੇ ਲੱਥ ਜਾਣਗੇ ਮਰ ਜਾਣਗੇ, ਡੋਗ 'ਤੇ ਕਰੋ ਕੈਟ 'ਤੇ ਕਰੋ, ਵੇਖਣਾ ਇੱਧਰ ਬਿੱਲੀ ਬਣੀ ਅਤੇ ਡੋਗ ਬਣਿਆ ਹੋਇਆ, ਅਤੇ ਜਿਹੜਾ ਇੱਥੇ ਇਹਨਾਂ ਨੇ ਕੈਨਲ 'ਚ ਕਰਨੀ ਆ ਜਿੱਥੇ ਰਹਿੰਦੇ ਆ, ਇਹਨੇ ਪੂਰੇ ਡੇਰੇ ਦੇ ਉੱਪਰ ਉੱਥੇ ID ਮੈਚ ਕਰਨੀ ਹੈ, ਠੀਕ ਹੈ, ਇਹ ਪਾ ਕੇ ਅੱਛੇ ਤਰੀਕੇ ਦੇ ਨਾਲ ਕਰਾਂਗਾ, ਅਤੇ ਇਹਨਾਂ ਜਿਹੜੇ ਦੀਵਾਰਾਂ ਦਵੂਰਾਂ ਜਿੱਧਰ ਕੁਝ ਚੜ੍ਹਾਉਣੇ ਸਾਰੇ
ਉਹ ਮਰ ਜਾਣਗੇ ਤੇ ਇਹਦੇ ਨਾਲ ਇਹ ਹੈ ਕਿ ਆਪਣਾ ਜਿਹੜੇ ਉਹਨਾਂ ਦੇ ਉੱਪਰ ਲੱਗੇ ਹੋਣਗੇ ਚਿੱਚੜ ਪਿੱਸੂ ਕੋਈ ਚੀਜ਼ ਵੀ ਉਹ ਮਰ ਜਾਏਗੀ। ਐਨ ਬੋਤਲ ਲੱਭੀ ਸੀ ਮੈਨੂੰ ਗੰਦੀ ਮੰਦੀ ਜੀ, ਮੈਂ ਇਹਦੇ ਵਿੱਚ ਉਹਨਾਂ ਸਪਰੇਅ ਪਾ ਦਿੱਤੀ ਹੈ, ਬਾਕੀ ਇਹਦੇ ਵਿੱਚ ਪਾ ਕੇ ਪਾਣੀ ਮਿਕਸ ਕਰਕੇ ਸ਼ਾਵਰ ਲਾ ਕੇ ਅਤੇ ਫਿਰ ਮਾਂ ਕੇ ਆਪਣੇ ਡੋਗ ਨੂੰ ਵੀ ਕਰਦਾ ਸਾਰਿਆਂ ਨੂੰ। ਆਹ ਵੇਖੋ ਇਹਦਾ ਸ਼ਾਵਰ ਉਹਦੇ ਵਿੱਚੋਂ ਹੀ ਨਿਕਲਦਾ ਜੀ। ਜਦੋਂ ਮੈਂ ਸਪਰੇਅ ਬਣਾ ਰਿਹਾ ਸੀ ਪਤਾ ਲੱਗਾ ਜਾਣਾ ਜੀ ਸਾਡੀ ਬੱਕਰੀ ਵੀ ਜਿਹੜੀ ਆ ਗਈ ਹੈਗੀ ਹੈ। ਅੱਜ ਇੱਕ ਦੋਸਤ ਕੱਲ੍ਹ ਮੈਨੂੰ ਪੁੱਛਦਾ ਸੀ ਕਹਿੰਦਾ ਜੀ ਬੱਕਰੀ ਵੇਚਣੀ ਹੈ, ਇੱਕ ਦਿਲ ਕਰਦਾ ਸੀ ਵੇਚ ਦੇਵਾਂ, ਇੱਕ ਦਿਲ ਕਰਦਾ ਨਾ ਵੇਚਾਂ। ਹੁਣ ਜਦੋਂ ਲੈ ਲਿਆ ਵੇਚ ਦਾਂ ਕਹਿੰਦਾ ਐਡਾ ਤਕੜਾ ਆਇਆ ਵਾ ਨਾ ਹੀ ਵੇਚਾਂ ਯਾਰ, ਦਿਲ ਨਹੀਂ ਕਰਦਾ ਹੈਗਾ। ਉਹ ਕਹਿੰਦਾ ਵੇਚ ਦੇ, ਅਤੇ ਮੈਂ ਕਹਿੰਦਾ ਨਹੀਂ ਯਾਰ ਨਹੀਂ ਵੇਚਣੀ ਹੈਗੀ, ਅਤੇ ਕਹਿੰਦਾ ਅਸੀਂ ਰੱਖਣੀ ਹੈ। ਮੈਂ ਕਿਹਾ ਤੁਸੀਂ ਘੋਲ ਲੈ ਲਵੋ ਭਾਈ, ਅਸੀਂ ਨਹੀਂ ਵੇਚਦੇ। ਅਤੇ ਵੇਖੋ ਮੁਰਗੇ ਨੇ ਇੰਨੀ ਅਕਲ ਦਾ ਕੰਮ ਨਹੀਂ ਕੀਤਾ ਕਿ ਗਰਮ ਸਰੀਆ ਹੈਗਾ ਉਹਨੂੰ ਚੜ ਕੇ ਬਹਿ ਗਿਆ ਹੈਗਾ ਆ ਕੇ। ਇੱਥੋਂ ਖੂਬਸੂਰਤ ਲੱਗ ਰਿਹਾ, ਅਤੇ ਕਲਗੀ ਵੇਖੋ ਗਰਮੀ ਦੇ ਨਾਲ ਕਿੱਦਾਂ ਪੀਲੇ ਚਿੱਟੀ ਹੋਈ ਪਈ ਇਹਦੀ, ਥੱਲੇ ਫਿਰਦਾ ਸਹੀ ਫਿਰਦਾ ਆ ਅਤੇ ਇੱਥੇ ਇਹਨੇ ਬੁਰਿਆ ਹਾਲ ਹੋਇਆ ਪਿਆ। ਅਤੇ ਬੱਕਰੀ ਭਲਾ ਕਿਉਂ ਕਰ ਰਹੀ ਹੈ ਜੀ, ਬੱਕਰੀ ਲੱਗੀ ਹੋਈ ਕਿ ਮੈਨੂੰ ਰਾਹ ਖੁੱਲ੍ਹੇ ਅਤੇ ਮੈਂ ਆਪਣੇ ਖੁੱਡੇ ਦੇ ਅੰਦਰ ਜਾਵਾਂ, ਅਤੇ ਮੈਂ ਪਹਿਲੇ ਇਹਦਾ ਰਾਹ ਸਾਹ ਖੋਲ ਦੇਵਾਂ ਠੀਕ ਹੈ, ਕਿਉਂਕਿ ਇੰਨੀ ਸਮਝਦਾਰ ਤਾਂ ਹੈ ਨਹੀਂ ਕਿ ਟੱਪ ਕੇ ਚੱਲ ਜਾਵੇ ਜਾਂ ਦਰਵਾਜ਼ੇ ਚੱਲ ਜਾਵੇ। ਬਾਹਰ ਆਉਣ ਲੱਗੇ ਤੈਨੂੰ ਅਕਲ ਆ ਜਾਂਦੀ, ਉਹ ਰੁਕਿਓ ਕਿਤੇ ਛਾਲਣਾ ਮਾਰਦੀ ਹੈ ਵੇਖਿਓ। ਚੱਲ 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 ਚੱਲ, ਸ਼ਾਬਾਸ਼ ਵੈਰੀ ਗੁੱਡ, ਚੱਲ 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 ਚੱਲ, ਤੂੰ ਵੀ ਚੱਲ ਮਾਂ ਵਰਗਿਆ ਅੰਦਰ ਚੱਲ। ਇਹ ਮਾਂ ਵਰਗਾ ਤਾਂ ਨਹੀਂ ਹੈਗਾ, ਪਿਓ ਵਰਗਾ, ਮਾਂ ਜਦੋਂ ਨਹੀਂ ਅੰਜਲਾ ਦੀ ਮੱਖੀ ਚੀਨੀ ਜੀ ਹੁੰਦੀ ਹੈ ਨਾ, ਇਹ ਮਾਂ ਵਰਗਾ ਨਹੀਂ ਪਿਓ ਵਰਗਾ। ਪੀਲਾ ਪੀਲਾ ਪੀਲਾ, ਇੱਥੇ ਜਿਹੜੀਆਂ ਨਹਿਰਾਂ ਵਗਦੀਆਂ ਪਈਆਂ ਪਹਿਲਾਂ ਤੂੰ ਪੀਲਾ। ਇੰਨਾ ਕੁ ਮਜ਼ਬੂਤ ਬਣਾਇਆ ਸੀ ਏਅਰ ਕੂਲਰ ਕਿ ਲੈ ਕੇ ਆਉਂਦਿਆਂ ਸਾਰੀ ਵੇਖੋ ਥੱਲੇ ਵਾਲਾ ਹਿੱਸਾ ਦਾ ਵਿੱਚ ਵੜ ਗਿਆ ਠੀਕ ਹੈ, ਜਾਲੀਆਂ ਨਿਕਲ ਗਈਆਂ ਅਤੇ ਇੱਧਰ ਪਿਛਲੇ ਪਾਸੋਂ ਵੀ ਹੈ। ਆਹ ਸਾਡੇ ਵੱਲੋਂ ਬੰਦਿਆਂ ਦੇ ਕੰਮ ਆ, ਪੈਸੇ ਕਹਿੰਦੇ ਇੱਕ ਰੁਪਈਆ ਨਹੀਂ ਘਟਾਉਣਾ, ਅਤੇ ਚੀਜ਼ ਦਾ ਹਾਲ ਵੇਖ ਲਓ ਹੈ, ਮਸਾਂ 200 ਰੁਪਈਆ ਛੱਡਿਆ ਇਹਨੇ ਅਤੇ ਇੱਕ ਰੁਪਈਆ ਨਹੀਂ ਘਟਾਉਂਦਾ ਜੀ, 200 ਰੁਪਈਆ ਛੱਡਿਆ ਜੀ, 7,500 ਦਾ ਕੂਲਰ ਦਿੱਤਾ ਜੀ ਠੀਕ ਹੈ। ਅਤੇ ਹਾਲ ਵੇਖ ਲਓ, ਜੰਪ ਲੱਗ ਲੱਗ ਕੇ ਚਾਦਰ ਵਿੱਚ ਵੜ ਗਈ। ਲਓ ਜੀ ਵੀਰ, ਏਅਰ ਕੂਲਰ ਤਾਂ ਲਿਆ ਸੀਗਾ, ਸਪਲਾਈ ਨਹੀਂ ਸੀ ਮਿਲੀ, ਹੁਣ ਸਪਲਾਈ ਵੀ ਲੈ ਕੇ ਆਇਆ ਠੀਕ ਹੈ। ਅਤੇ ਜਦੋਂ ਵਾਪਸ ਡੇਰੇ 'ਤੇ ਪਹੁੰਚਿਆ ਤਾਂ ਇੱਕ ਕਾਲਾ ਪੱਪੀ ਜਿਹੜਾ ਉਹ ਵੀ ਐਕਸਪਾਇਰ ਹੋਇਆ ਪਿਆ ਸੀਗਾ, ਅਤੇ ਇਸ ਕਰਕੇ ਵਲੌਗ ਡੇਲੀ ਨਹੀਂ ਆ ਰਿਹਾ ਕਿ ਟੈਨਸ਼ਨ ਨਾ ਨਹੀਂ ਪਰੇਸ਼ਾਨੀ, ਸਾਰੀ ਦਿਹਾੜੀ ਨਾਲ ਨਾਰੇ ਲੱਗਾ ਰਹਿਣਾ, ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ, ਫਿਰ ਲਾਵਾਂ ਐਡਿਟ ਕਰਾਂ ਕਿਹੜੇ ਟਾਈਮ, ਤੋ ਬੜੀ ਰੂਟੀਨ ਜੀ ਡਿਸਟਰਬ ਹੋਈ ਪਈ। ਇਨਸ਼ਾ ਅੱਲਾਹ ਤਾਲਾ ਖੈਰ ਕਰੇ, ਅੱਲਾਹ ਨੂੰ ਤੰਦਰੁਸਤੀ ਦੇਵੇ। 2-3 ਦਿਨ ਹੋ ਗਏ ਇਹਨਾਂ ਦਾ ਇਲਾਜ ਚੱਲਦਿਆਂ ਨੂੰ, ਜਿਹੜੇ ਸਰਵਾਈਵ ਕਰ ਗਏ 2-3 ਦਿਨ ਹੋਰ ਇਨਸ਼ਾ ਅੱਲਾਹ ਤਾਲਾ, ਉਮੀਦ ਹੈ ਕਿ ਉਹ ਬਚ ਜਾਣਗੇ। ਅਤੇ ਬਾਕੀ ਅੱਲਾਹ ਖੈਰ ਕਰੇ, ਨੈਕਸਟ ਵੀਡੀਓ ਤੁਹਾਨੂੰ ਇੱਕ ਹੋਰ ਗੁੱਡ ਨਿਊਜ਼ ਵੀ ਸੁਣਾਵਾਂਗਾ। ਅਤੇ ਦੋਸਤੋ ਇਹ ਲਾਸਟ ਵੀਡੀਓ ਤੁਹਾਨੂੰ ਚੈੱਕ ਕਰਵਾ ਦੇਵਾਂਗੇ ਬੱਚੇ, ਅਤੇ ਮੈਂ ਚੱਕਿਆ ਨਹੀਂ ਸੀਗਾ ਗੰਦਰੋਂ, ਇਹ ਹਾਲੇ ਤਾਂ ਮੈਂ ਪੱਖਾ ਹੀ ਲਾਇਆ ਹੋਇਆ, ਏਅਰ ਕੂਲਰ ਦੀ ਸੈਟਿੰਗ ਨਹੀਂ ਹਾਲੇ ਕੀਤੀ, ਹਾਲੇ ਸਿਰਫ ਮੈਂ ਪੱਖਾ ਲਾਇਆ ਹੋਇਆ। ਉੱਧਰ ਬਿੱਲੀਆਂ ਨੇ ਬੱਚੇ ਦਿੱਤੇ ਆ, ਤੁਹਾਨੂੰ ਕੱਲ੍ਹ ਵੀ ਲੋਕ ਦੇ ਦਿਖਾਵਾਂਗਾ। ਅਤੇ ਮੈਂ ਜਦੋਂ ਆਇਆ ਵਾਂ ਇਹ ਇੱਥੇ ਪਾਣੀ ਪੀਂਦੇ ਬੈਠੇ ਸੀਗੇ ਠੀਕ ਹੈ, ਕੁੰਡੀ ਤੋਂ ਉੱਪਰ ਤਾਂ ਆਹ ਸਿਚੁਏਸ਼ਨ ਕਰਕੇ, ਅਤੇ ਇਹ ਜਿਹੜਾ ਕਾਲਾ ਬੱਚਾ ਵਾ ਇਹ ਐਕਸਪਾਇਰ ਹੋਇਆ ਹੋਇਆ ਸੀਗਾ ਠੀਕ ਹੈ, ਇੱਕ ਬੱਚਾ ਜ਼ੋਰ ਚਲਾ ਗਿਆ, ਅਤੇ ਬਾਕੀ ਇਹ ਜਿਹੜੇ ਬੱਚੇ ਸਾਰੇ ਇਹਨਾਂ ਨੂੰ ਵੀ ਪਾਰਵਾ ਵਾਇਰਸ ਜਿਹੜਾ ਆ ਲੱਗ ਗਿਆ ਹੋਇਆ ਆ। ਮਰਲ ਕੁਛ ਤਾਂ ਬੱਚੇ, ਉਮੀਦ ਆ ਕਿ ਇਨਸ਼ਾਅੱਲਾ ਜੇ 2-3 ਦਿਨ ਕੱਢ ਕੇ ਕੋਈ ਸਰਵਾਈਵ ਕਰ ਜਾਣਗੇ। ਅਤੇ ਜਿਸ ਤਰ੍ਹਾਂ ਕਿ ਆ ਵਾਈਟ ਫੀਮੇਲ ਹੈ ਕੁਛ ਬਿਹਤਰ ਆ, ਉਹ ਕਾਲਾ ਮੇਲ ਬੜਾ ਬਿਹਤਰ ਸੀਗਾ, ਹੁਣ ਬੜਾ ਨਡਾਲ ਜਿਹਾ ਆਇਆ ਵਾ, ਉਹਨਾਂ ਨੂੰ ਬਾਅਦ ਛੱਡਦਾ ਆ। ਅਤੇ ਇਹ ਵੀ ਬੜਾ ਬਿਹਤਰ ਸੀਗਾ, ਮਤਲਬ ਅਚਾਨਕ ਹੁਣ ਆ ਕੇ ਦੇਖਿਆ ਤਾਂ ਮੈਂ ਇਹ ਕੰਡੀਸ਼ਨ ਹੋਈ ਪਈ ਹੈ। ਉੱਧਰੋਂ ਇਹਨਾਂ ਵਿੱਚੋਂ ਸਾਰਿਆਂ ਦੇ ਵਿੱਚ ਗੁਗਲੂ ਮਗਲੂ ਆ ਵਾਈਟ ਮੇਲ ਸੀਗਾ, ਇੱਕ ਕੰਨ ਵੀ ਚੱਕ ਗਿਆ ਹੁਣ, ਅਤੇ ਅੱਲਾ ਕਰੇ ਇਹ ਸੈੱਟ ਹੋ ਜਾਵੇ ਬਸ। ਚਲੋ ਕੋਈ 1-2 ਹੀ ਬਚ ਜਾਣਗੇ, ਯਾਦਗਾਰੀ ਤਾਂ ਰਹਿ ਜਾਏਗੀ, ਇੰਨਾ ਕਿ ਪਹਿਲੀ ਦਫ਼ਾ ਟੋਨੀ ਦੇ ਬੱਚੇ ਲਏ ਸੀਗੇ। ਬਸ ਵੀਰੋ ਇਸ ਕਰਕੇ ਜਿਹੜਾ ਨਾ ਆਪਣਾ ਇਸ ਕਸ਼ਮਕਸ਼ ਦੇ ਵਿੱਚ ਵੀਡੀਓ ਨਹੀਂ ਬਣਾ ਹੁੰਦੀ, ਵੀਡੀਓ ਲਾ ਨਹੀਂ ਹੁੰਦੀ ਹੈਗੀ, ਅਤੇ ਪਰੇਸ਼ਾਨੀ ਬਣੀ ਪਈ। ਬਾਕੀ ਅੱਲਾ ਪਾਕ ਆਸਾਨੀਆਂ ਕਰੇ, ਬੇਸ਼ੱਕ ਮੁਸ਼ਕਿਲਾਂ ਕੇ ਬਾਅਦ ਆਸਾਨੀਆਂ, ਅਤੇ ਤੁਹਾਡੇ ਵੀਰਾਂ ਦੀਆਂ ਦੁਆਵਾਂ ਸਾਡੇ ਨਾਲ ਆ। ਅਤੇ ਇਨਸ਼ਾ ਅੱਲਾ ਕੋਸ਼ਿਸ਼ ਕਰਿਆ ਕਰਾਂਗੇ 10-12 ਮਿੰਟ ਜਿੰਨੇ ਦਾ ਮਿੰਟ ਦਾ ਵਲੌਗ ਵੀ ਬਣੇ, ਅਤੇ ਕਿਉਂਕਿ ਗਰਮੀ ਇੰਨੀ ਆ ਕਿ ਮੇਰਾ ਕੰਮ ਕਰ ਬੁਰਾ ਹਾਲ ਹੋ ਜਾਂਦਾ, ਮੇਰਾ ਫਿਰ ਦਿਲ ਨਹੀਂ ਕਰਦਾ ਵੀਡੀਓ ਬਣਾਉਣ ਦਾ। ਅਤੇ ਇਨਸ਼ਾ ਅੱਲਾ ਕੋਸ਼ਿਸ਼ ਕਰਿਆ ਕਰਾਂਗੇ ਕਿ ਆਸਤਾ ਆਸਤਾ ਆਪਣੀ ਰੂਟੀਨ ਜਿਹੜੀ ਨਾਲ ਕੰਮ ਕਰਿਆ ਕਰਾਂਗੇ, ਨਾਲ ਕਲਿੱਪ ਬਣਾ ਲਿਆ ਕਰਾਂਗਾ, ਇਨਸ਼ਾ ਅੱਲਾ ਤੁਹਾਡੇ ਨਾਲ ਸ਼ੇਅਰ ਲਾਜ਼ਮੀ ਕਰਿਆ ਕਰਾਂਗੇ। ਦੋਵਾਂ ਯਾਦ ਰੱਖਿਓ, ਅੱਜ ਦੇ ਵਲੌਗ ਇੱਥੇ ਕਰ ਦੇ, ਤਾਂ ਫਿਰ ਅੱਲਾ ਹਾਫਿਜ਼।